ਬੀਤੇ ਦਿਨੀ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਵਾਪਰੇ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ 44 CRPF ਦੇ ਜਵਾਨਾਂ ਦੀ ਸ਼ਹੀਦੀ ਨੇ ਜਿੱਥੇ ਪੂਰੇ ਦੇਸ਼ ਨੂੰ ਝਿੰਝੋੜ ਕੇ ਰੱਖ ਦਿੱਤਾ ਹੈ, ਉੱਥੇ ਹੀ ਪੂਰੇ ਦੇਸ਼ ਅੰਦਰ ਇਸ ਅੱਤਵਾਦੀ ਹਮਲੇ ਨੂੰ ਲੈ ਕੇ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਦੇਸ਼ ਅੰਦਰ ਥਾਂ ਥਾਂ ਤੇ ਕੈਂਡਲ ਮਾਰਚ ਕੱਢ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਉਸੇ ਤਰ੍ਹਾਂ ਕੁਰਾਲੀ ਦੇ ਨੇੜਲੇ ਪਿੰਡ ਸਿੰਘ ਭਗਵੰਤਪੁਰਾ ਵਿਖੇ ਇਲਾਕੇ ਦੇ ਪੰਚਾਂ, ਸਰਪੰਚਾਂ ਅਤੇ ਬਲਾਕ ਸੰਮਤੀ ਮੈਂਬਰਾਂ ਵੱਲੋਂ ਇਕੱਠੇ ਹੋ ਕੇ ਬਾਬਾ ਗਾਜੀਦਾਸ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਬਾਜਵਾ ਦੀ ਅਗਵਾਈ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਦਿੱਤੀ ਗਈ। ਸਤਿ ਸ਼੍ਰੀ ਅਕਾਲ ਜੀ, ਸਭ ਤੋਂ ਪਹਿਲਾਂ ਪ੍ਰਣਾਮ ਸ਼ਹੀਦਾਂ ਨੂੰ। ਅੱਜ ਬਹੁਤ ਦੁੱਖ ਦੀ ਘੜੀ ਹੈ ਸਾਡੇ ਵਾਸਤੇ, ਜਿਹੜਾ ਅਸੀਂ ਅੱਜ ਸਮੁੱਚੇ ਇਲਾਕੇ ਵੱਲੋਂ ਅਤੇ ਸਮੂਹ ਪੰਚਾਇਤਾਂ ਵੱਲੋਂ, ਯੂਥ ਕਲੱਬਾਂ ਵੱਲੋਂ ਸਿੰਘ ਭਗਵੰਤਪੁਰ ਰੋਪੜ ਜ਼ਿਲ੍ਹੇ ਨਗਰ ਜਿੱਥੇ ਕਿ ਅੱਜ ਯੂਥ ਕਲੱਬਾਂ ਵੱਲੋਂ ਜਿਹੜੇ ਸਾਡੇ ਕੱਲ੍ਹ ਪੁਲਵਾਮਾ ਵਿਖੇ 44 ਸਾਡੇ ਹਿੰਦੁਸਤਾਨ ਦੇ ਜਵਾਨ ਜਿਹੜੇ ਸਾਡੇ ਸ਼ਹੀਦ ਹੋਏ ਨੇ ਉਹਨਾਂ ਦੇ ਸੰਬੰਧ ਵਿੱਚ ਇੱਥੇ ਸਮੁੱਚੇ ਇਲਾਕੇ ਵੱਲੋਂ ਜਿਹੜਾ ਕੈਂਡਲ ਮਾਰਚ ਕੀਤਾ ਜਾ ਰਿਹਾ ਹੈ ਕਿ ਜਿਹੜਾ ਰੋਸ ਵਿਖਾਵਾ ਇੱਥੇ ਅੱਜ ਇਲਾਕੇ ਦੀਆਂ ਸਮੂਹ ਨੌਜਵਾਨਾਂ ਵੱਲੋਂ, ਪੰਚਾਇਤਾਂ ਵੱਲੋਂ, ਇਲਾਕੇ ਦੇ ਪ੍ਰਬੰਧ, ਧਾਰਮਿਕ ਅਤੇ ਰਾਜਨੀਤਿਕ ਸਾਰੀਆਂ ਪਾਰਟੀਆਂ ਨੁਮਾਇੰਦਿਆਂ ਵੱਲੋਂ ਇੱਥੇ ਪਹੁੰਚ ਕਰਕੇ ਜਿਹੜਾ ਕੈਂਡਲ ਮਾਰਚ ਦੇ ਨਾਲ ਜਿਹੜਾ ਰੋਸ ਮਾਰਚ ਕੀਤਾ ਜਾ ਰਿਹਾ, ਅੱਜ ਸਵੇਰੇ ਸਵੇਰੇ ਸਾਨੂੰ ਜਿਵੇਂ ਸਾਡੇ ਰੋਪੜ ਜ਼ਿਲ੍ਹੇ ਦਾ ਰੌਲੀ ਪਿੰਡ ਹੈ ਉੱਥੇ ਸਾਰੇ ਇਲਾਕੇ ਦੇ ਕਿਆ ਦੇਸ਼ ਦੇ ਵੱਖ ਵੱਖ ਕੋਨੇ ਤੇ ਨੌਜਵਾਨਾਂ ਨੂੰ ਜਿਵੇਂ ਜਾਣ ਦਾ ਮੌਕਾ ਮਿਲਿਆ, ਅੱਜ ਸਾਨੂੰ ਉੱਥੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦਾ ਵੀ ਮੌਕਾ ਮਿਲਿਆ। ਸਾਨੂੰ ਦੇਖ ਕੁਝ ਪਰਿਵਾਰ ਵੱਲੋਂ ਜਿਹੜਾ ਇੱਕ ਪਰਿਵਾਰ ਦਾ ਇੱਕੋ ਇੱਕ ਸਪੂਤ ਸੀਗਾ ਜਿਹੜਾ ਹਿੰਦੁਸਤਾਨ ਦੇ ਆਪਣੀ ਨੌਜਵਾਨੀ ਵਾਸਤੇ ਉੱਥੇ ਸ਼ਹੀਦ ਹੋਇਆ ਸ਼੍ਰੀਨਗਰ ਪੁਲਵਾਮਾ ਦੀ ਧਰਤੀ 'ਤੇ, ਅੱਜ ਸਵੇਰੇ ਸਾਨੂੰ ਉੱਥੇ ਸੰਸਕਾਰ 'ਤੇ ਜਾਣ ਦਾ ਮੌਕਾ ਮਿਲਿਆ। ਸਾਡਾ ਮਨ ਉਹਨਾਂ ਦੇ ਮਾਂ ਬਾਪ ਨੂੰ ਦੇਖ ਕਰਕੇ, ਉਹਨਾਂ ਦੇ ਪਰਿਵਾਰ ਨੂੰ ਜਿਹੜਾ ਉਹਦਾ ਆਉਣ ਵਾਲੇ ਨਵੰਬਰ ਦੇ ਮਹੀਨੇ ਸ਼ਾਦੀ ਹੋਣੀ ਸੀਗੀ, ਉਹਦੀ ਜੋ ਮੰਗੇਤਰ ਸੀਗੀ ਉਹ ਵੀ ਅੱਜ ਉੱਥੇ ਸੰਸਕਾਰ 'ਤੇ ਪਹੁੰਚੀ ਹੋਈ। ਸਾਨੂੰ ਦੇਖ ਕੇ ਉਸ ਦੁਖਦਾਈ ਘਟਨਾ ਨੂੰ ਬਹੁਤ ਸਾਨੂੰ ਮਹਿਸੂਸ ਹੋਇਆ। ਜੇ ਸਾਡਾ ਸਮੁੱਚੇ ਇਲਾਕੇ ਵੱਲੋਂ ਫੈਸਲਾ ਲਿੱਤਾ ਗਿਆ, ਆਪਾਂ ਜਿਹੜੇ ਨੌਜਵਾਨ ਸਾਡੇ ਸ਼ਹੀਦ ਹੋਏ ਨੇ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਅਸੀਂ ਅੱਜ ਇੱਥੇ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਕੈਂਡਲ ਮਾਰਚ ਕਰ ਰਹੇ ਹਾਂ। ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਦੇ, ਗੁਰੂ ਮਹਾਰਾਜ ਜਿਹੜੇ ਸਾਡੇ ਦੇਸ਼ ਦੇ ਰਾਖੇ ਨੌਜਵਾਨ ਜਿਨ੍ਹਾਂ ਦੇ ਸਿਰ 'ਤੇ ਅਸੀਂ, ਜਿਨ੍ਹਾਂ ਦੇ ਪਹਿਰੇ ਦੇ ਹੇਠ ਸਮੁੱਚਾ ਸਾਡਾ ਦੇਸ਼ ਸੌ ਰਿਹਾ, ਆਰਾਮ ਕਰ ਰਿਹਾ, ਉਹਨਾਂ ਦਾ ਜਿਹੜੀ ਇੱਕ ਵੱਡੀ ਦੁਖਦਾਈ ਘਟਨਾ ਸਾਨੂੰ ਸਾਰਿਆਂ ਨੂੰ ਬੜਾ ਦੁੱਖ ਹੈ। ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ, ਸੱਚੇ ਪਾਤਸ਼ਾਹ ਇਹਨਾਂ ਨੌਜਵਾਨ ਨੂੰ ਆਪਣੇ ਚਰਨਾਂ 'ਚ ਨਿਵਾਜ ਬਖਸ਼ੀ। ਨਾਲ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਵੀ ਜਿਹੜਾ ਇਹ ਮਦਭਾਗੀ ਘਟਨਾ ਹੋਈ ਹੈ, ਸਰਕਾਰ ਨੂੰ ਇਹਦੇ ਕੋਈ ਨਾ ਕੋਈ ਜ਼ਰੂਰੀ ਜਿਹੜਾ ਰਾਜਨੀਤੀ ਤੋਂ ਉੱਪਰ ਉੱਠ ਕੇ ਜਿਹੜਾ ਸਰਕਾਰ ਨੂੰ ਕੋਈ ਜ਼ਰੂਰੀ ਕਦਮ ਇਹ ਉਠਾਉਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਤਨ ਤੋਂ ਮਿਟਣ ਵਾਲੇ ਕਦੇ ਮਰਦੇ ਨਹੀਂ ਵੇਖੇ, ਵਤਨ ਤੋਂ ਮਿਟਣ ਵਾਲੇ ਕਦੇ ਮਰਦੇ ਨਹੀਂ ਵੇਖੇ, ਉਹਨਾਂ ਦੇ ਜਾਣ 'ਤੇ ਤਾਂ ਮੌਤ ਵੀ ਮਾਤਮ ਮਨਾਉਂਦੀ ਏ, ਉਹਨਾਂ ਦੇ ਜਾਣ 'ਤੇ ਤਾਂ ਮੌਤ ਵੀ ਮਾਤਮ ਮਨਾਉਂਦੀ ਏ, ਉਹਨਾਂ ਦੀ ਮੜੀ 'ਤੇ ਦੁਨੀਆ ਦੀਵੇ ਜਗਾਉਂਦੀ ਏ, ਉਹਨਾਂ ਦੀ ਮੜੀ 'ਤੇ ਦੁਨੀਆ ਦੀਵੇ ਜਗਾਉਂਦੀ ਏ। ਸਰਦਾਰ ਨਹੀਂ ਮਿਲਣਾ ਲੋਕੋ ਸਲਾਮਾਂ ਮਿਲਣਗੀਆਂ, ਸਰਦਾਰ ਨਹੀਂ ਮਿਲਣਾ ਲੋਕੋ ਸਲਾਮਾਂ ਮਿਲਣਗੀਆਂ। ਅੱਜ ਅਸੀਂ ਉਸ ਨੌਜਵਾਨ ਵੀਰ ਸਾਡੇ ਸਰਹੱਦਾਂ 'ਚ ਰਾਖੇ ਪਹਿਲੀ ਲੜਾਈ ਦੇਸ਼ ਨੂੰ ਆਜ਼ਾਦ ਕਰਾਉਣ ਲਈ ਲੜੀ ਅਤੇ ਦੂਸਰੀ ਲੜਾਈ ਉਸ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਸਾਡੇ ਨੌਜਵਾਨ ਵੀਰ ਜਿਹੜੇ ਤਖਤੇ ਦੁਪਹਿਰਿਆਂ ਵਿੱਚ ਠੰਡੀਆਂ ਰਾਤਾਂ ਵਿੱਚ ਸਰਹੱਦਾਂ 'ਤੇ ਰਾਖੀ ਕਰਦੇ ਨੇ, ਉਹਨਾਂ ਦੇ ਤਹਿਤ ਸਾਡੇ ਕੱਲ੍ਹ ਪਰਸੋਂ ਜੋ ਵੀਰ ਸ਼ਹੀਦ ਹੋਏ ਨੇ ਉਹਨਾਂ ਦੀ ਯਾਦ ਦੇ ਵਿੱਚ ਅੱਜ ਕੈਂਡਲ ਮਾਰਚ ਜੋ ਇਲਾਕੇ ਦੇ ਸਮੁੱਚੀਆਂ ਜਥੇਬੰਦੀਆਂ ਵੱਲੋਂ, ਪਾਰਟੀ ਦੇ ਅਹੁਦੇਦਾਰਾਂ ਵੱਲੋਂ ਕੀਤਾ ਗਿਆ, ਅੱਜ ਅਸੀਂ ਉਹਨਾਂ ਵੀਰਾਂ ਨੂੰ ਸਲਾਮ ਕਰਦੇ ਹਾਂ, ਉਹਨਾਂ ਦੇ ਅੱਗੇ ਸਿਰ ਝੁਕਾਉਂਦੇ ਹਾਂ ਜਿਨ੍ਹਾਂ ਨੇ ਆਪਣੀ ਆਪਾ ਵਾਰਤਾ ਦੇਸ਼ ਦੀ ਹੱਦਾਂ ਦੀ ਰਾਖੀ ਕਰਨ ਦੇ ਲਈ। ਅੱਜ ਮੈਂ ਮਾਣ ਮਹਿਸੂਸ ਕਰਦਾ ਵੀ ਉਹਨਾਂ ਵੀਰਾਂ 'ਤੇ ਜਿਹੜੇ ਸਰਹੱਦਾਂ ਦੀ ਰਾਖੀ 'ਤੇ ਕਰਦੇ ਕਰਦੇ ਆਪਣਾ ਆਪਾ ਵਾਰ ਗਏ, ਪਰ ਨਾਲ ਨਾਲ ਸਰਕਾਰ ਦਾ ਫਰਜ਼ ਬਣਦਾ ਵੀ ਇੱਦਾਂ ਦੀਆਂ ਜਿਹੜੀਆਂ ਘਟਨਾਵਾਂ ਇਹਨਾਂ ਨੂੰ ਘਟਾਇਆ ਜਾਵੇ ਤਾਂ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦੀਆਂ ਜਿਹੜੀਆਂ ਘਟਨਾਵਾਂ ਨਾ ਘਟਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।